ਉਹ ਵੀ ਵਿਆਰ ਦਾ ਹੈਗਾ ਸੀ ਜੀ, ਸਾਡੀ ਵੋਟੀ ਨਾਲ ਕੋਈ ਗੱਲਬਾਤ ਹੁੰਦੀ ਹੋਵੇ ਜੀ, ਮੈਂ ਵੀ ਕੰਮ 'ਤੇ ਰਹਿੰਦਾ ਸੀ ਸਾਰਾ ਦਿਹਾੜੀ। ਬਾਅਦ ਜਦੋਂ ਅਸੀਂ ਆਏ ਤਾਂ ਉਹ ਮੁੰਡੇ ਨਾਲੇ ਮੇਰੀ ਵੋਟੀ ਫਰਾਰ ਹੈਗੀ ਸੀ। ਮਕਸਦ ਇਹੀ ਹੋ ਗਿਆ ਸਾਲ ਰੱਖ ਲਈ, ਛੇ ਮਹੀਨੇ ਰੱਖ ਲਈ, ਉਹਨਾਂ ਕੋਲ ਖਾ ਪੀ ਕੇ ਧੱਕਾ ਦੇ ਤਾ। ਸਾਡੇ ਘਰੇ ਰੌਲਾ ਪਾ ਕੇ ਮੁੰਡਾ ਨਿਕਲ ਗਿਆ। ਚਾਰ ਉਹਦੇ ਪਹਿਲਾਂ ਵਿਆਹ ਹੋਏ ਆ, ਪੰਜਵੀਂ ਕੋਰਟ ਮੈਰਿਜ ਹੈ। ਕੋਰਟ ਮੈਰਿਜ ਹੈ। ਛੇਵੀਂ ਹੁਣ ਤੇਰੀ ਘਰ ਵਾਲੀ ਨੂੰ। ਛੇਵੀਂ ਸਾਡੀ ਲੈ ਗਈ, ਸਾਡੀ ਘਰ ਵਾਲੀ ਨੂੰ। ਮੇਰਾ ਪਤੀ ਸੰਦੀਪ ਸਿੰਘ। ਪਤੀ ਹੈ। ਹਾਂ। ਕਿੰਨੇ ਵਿਆਹ ਹੋਏ ਉਹਦੇ ਪਹਿਲਾਂ? ਉਹਦੇ ਪਹਿਲਾਂ ਤਿੰਨ ਵਿਆਹ ਹੋਏ ਨੇ, ਦੋ ਕਾਢ ਕੇ ਲੈ ਗਏ। ਪੰਜ, ਛੇਵਾਂ ਮੇਰਾ ਤੇ ਸੱਤਵੀਂ ਇਹਦੀ ਘਰ ਵਾਲੀ ਲੈ ਗਏ। ਅੱਛਾ। ਹਾਂਜੀ। ਕਿਸ ਤਰ੍ਹਾਂ ਦਾ ਬੰਦਾ ਉਹ? ਉਹ ਬੰਦਾ ਹੈਗਾ ਫਲੋੜ। ਹਾਂ। ਉਹਨੇ ਨਾ ਜਨਾਨੀ ਕੋਈ ਰੱਖੀ, ਨਾ ਵਸਾਣੀ, ਨਾ ਪੱਕੀ ਰੱਖ ਸਕਦਾ। ਉਹਦਾ ਮਕਸਦ ਇਹੀ ਹੋ ਗਿਆ ਸਾਲ ਰੱਖ ਲਈ, ਛੇ ਮਹੀਨੇ ਰੱਖ ਲਈ, ਉਹਦੇ ਕੋਲ ਖਾ ਪੀ ਕੇ ਧੱਕਾ ਦੇ ਤਾ। ਬਸ ਮੇਰਾ ਹੁਣ ਮੇਰਾ ਮੁੰਡਾ ਵੀ ਹੋ ਗਿਆ, ਮੈਨੂੰ ਹੋਰ ਕੀ ਹੈਗੀ ਜੀ? ਮੇਰਾ ਮੁੰਡਾ ਵੀ ਹੋ ਗਿਆ, ਮੇਰੇ ਮੁੰਡੇ ਬਾਰੇ ਤਾਂ ਸੋਚ ਲੈਂਦਾ, ਨਾਲ ਖੁਦ ਦਾ ਗਏ। ਉਹ ਬੰਦਾ ਮੋਟਰਸਾਈਕਲ ਹੈ ਉਹਦੇ ਕੋਲੇ, ਜਿਵੇਂ ਦਿਖਾਈ ਦੇ ਰਿਹਾ ਹਨਾ, ਐਨਕਾਂ ਲਾ ਕੇ ਤੇ ਬੜੀ ਟੌਰ ਨਾਲ। ਤੁਸੀਂ ਕੀ ਕਰਦੇ? ਮੈਂ ਤੇ ਕੰਮ ਕਰਦੇ ਲੋਕ? ਹਾਂਜੀ, ਮੈਂ ਕੰਮ ਕਰਦੇ। ਅਸੀਂ ਤਾਂ ਕੰਮ ਕਰਦੇ। ਉਹ ਨਹੀਂ ਕੋਈ ਕਮਾ ਕੇ ਲਿਆਉਂਦਾ ਕੁਝ? ਕਮਾਉਂਦਾ ਹੈ ਬਸ, ਕੋਈ ਯਾਰ ਬਸ ਦਿੰਦਾ, ਬਾਕੀ ਕਹਿੰਦਾ ਮੇਰੇ ਕੋਲ ਐ ਨਹੀਂ ਲੱਗ ਜਾਂਦੇ ਨੇ ਮੋਟਰਸਾਈਕਲ ਸਹੀ ਕਰਵਾ ਲਿਆ, ਕੋਈ ਪਤਾ ਨਹੀਂ ਹੁਣ ਕਿੱਥੇ ਦਿੰਦਾ ਕਿੱਥੇ ਨਹੀਂ ਦਿੰਦਾ। ਅੱਛਾ। ਪੂਰੀ ਉਹਨੇ ਕਦੀ ਪੈਸੇ ਦਿੱਤੇ ਹੀ ਨਹੀਂ ਕਰੇ। ਅੱਛਾ, ਯਾਨੀ ਕਿ ਘਰ ਦੀ ਜ਼ਿੰਮੇਵਾਰੀ, ਜਵਾਕ ਦੀ ਜ਼ਿੰਮੇਵਾਰੀ ਤੁਹਾਡੀ ਸੀ? ਮੇਰੇ ਸਿਰ ਤੇ ਸੀ। ਅੱਛਾ, ਤੁਹਾਡੇ ਸਿਰ ਤੇ? ਹਾਂਜੀ। ਅੱਛਾ, ਉਹ ਮੁੰਡਾ ਬਿਮਾਰ ਹੋ ਗਿਆ ਨੇ, ਨਹੀਂ ਵੇਖਣਾ ਮੁੰਡਾ ਬਿਮਾਰ ਹੋਇਆ ਕਿ ਨਹੀਂ ਹੋਇਆ, ਦਵਾਈ ਦਵਾਣੀ ਕਿ ਨਹੀਂ ਦਵਾਣੀ। ਹਾਂ, ਤੁਸੀਂ ਕਰਦੇ ਹੋ ਸਾਰਾ? ਹਾਂਜੀ। ਹੁਣ ਤੁਹਾਨੂੰ ਕੋਈ ਪਤਾ ਉਹਦੇ ਬਾਰੇ ਕਿੱਥੇ ਗਿਆ ਕਿੱਥੇ? ਸਾਨੂੰ ਨਹੀਂ ਪਤਾ, ਸਾਨੂੰ ਤਾਂ ਉਹਦਾ ਕੁਝ ਵੀ ਨਹੀਂ ਪਤਾ ਕਿ ਜਿਸ ਦਿਨ ਘਰੋਂ ਨਿਕਲਿਆ ਉਸ ਦਿਨ ਉਹਨੇ ਨੰਬਰ ਹੀ ਬੰਦ ਕਰ ਲਿਆ, ਸਾਡੇ ਨੰਬਰ ਹੀ ਬਲੈਕ ਲਿਸਟ 'ਚ ਪਾ ਦਿੱਤੇ ਸਾਰੇ। ਅੱਛਾ। ਹਾਂਜੀ, ਸਾਰੇ ਰਿਸ਼ਤੇਦਾਰਾਂ ਦੇ ਫੋਨ, ਅਸੀਂ ਬੜਿਆਂ ਨੂੰ ਫੋਨ ਕੀਤਾ, ਸਾਰੇ ਬਲੈਕ ਲਿਸਟ ਨੰਬਰ ਪਾ ਦਿੱਤੇ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਇਹ ਕਰਨੇ ਆ ਵੀ ਜਿੱਥੇ ਵੀ ਤੁਹਾਨੂੰ ਮਿਲ ਜਾਣ ਉਹਨੂੰ ਸਜ਼ਾ, ਸਖਤ ਕਾਰਵਾਈ, ਸਜ਼ਾ ਹੋਵੇ ਉਹਦੇ ਤੇ, ਜਿੰਨੇ ਵੀ ਉਹਨੇ ਅੱਗੇ ਰਿਸ਼ਤੇ ਬਰਬਾਦ ਕੀਤੇ। ਮੈਂ ਕਹਿੰਦੀ ਅੱਗੇ ਤੋਂ ਕਿਸੇ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਹੋਵੇ, ਸਖਤ ਕਾਰਵਾਈ ਹੋਣੀ ਚਾਹੀਦੀ, ਸਜ਼ਾ ਹੋਣੀ ਚਾਹੀਦੀ, ਇਨਸਾਫ਼ ਮਿਲਣਾ ਚਾਹੀਦਾ ਮੈਨੂੰ। ਉਹ ਰਹਿਣ ਵਾਲਾ ਕਿੱਥੋਂ ਦਾ? ਲੁਧਿਆਣੇ ਦਾ। ਅੱਛਾ, ਉਹ ਲੁਧਿਆਣੇ ਦਾ ਰਹਿਣ ਵਾਲਾ? ਹਾਂਜੀ। ਇੱਥੇ ਘਰ ਜੋਈ ਸੀ? ਹਾਂਜੀ, ਇੱਥੇ ਘਰ ਜੋਈ ਸੀ। ਅੱਛਾ, ਕਿੰਨੇ ਸਾਲ ਹੋ ਗਏ ਉਹਦੇ ਵਿਆਹ ਨੂੰ? ਉਹਦੇ ਵਿਆਹ 3 ਸਾਲ। 3 ਸਾਲ ਤੋਂ ਤੁਹਾਡੇ ਨਾਲ ਰਹਿ ਰਹੇ? ਹਾਂਜੀ। ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਅਸੀਂ ਪਿੰਡ ਗਮਾਨੀ ਵਾਲਾ ਬਾਟਾ ਨਹੀਂ ਹੈਗੀ ਸਾਡੀ। ਫਰਾਰ ਹੋਇਆ ਉਹ ਤੁਹਾਡਾ ਕੀ ਲੱਗਦਾ ਸੀ? ਸਾਡਾ ਪਰੌਣਾ ਸੀ। ਤੁਹਾਡਾ ਪਰੌਣਾ ਸੀ? ਹਾਂਜੀ, ਬਣਿਆ ਹੈ ਮੇਰਾ ਸੱਕਾ। ਅੱਛਾ। ਹਾਂਜੀ। ਕੀ ਪਹਿਲਾਂ ਉਹਦੇ ਕਿੰਨੇ ਵਿਆਹ ਹੋਏ? ਪਹਿਲਾਂ ਉਹਦੇ 3 ਹੋ ਗਏ ਸੀ, 3 ਹੋ ਗਏ ਸੀ, ਬਾਕੀ 2 50 ਜੂ ਕਿਵੇਂ ਲੈ ਗਏ। ਅੱਛਾ, ਇਹ 6ਵਾਂ ਕੇਸ ਸੀ? 1 ਘੰਟਾ ਓਏ। ਅੱਛਾ, ਇਹ ਹੁਣ 6ਵਾਂ ਸੀਗਾ ਇਹ? ਹਾਂਜੀ। ਅੱਛਾ, ਤੇ ਤੁਹਾਡੇ ਰਹਿੰਦਾ ਤੁਹਾਡੇ ਕੋਲੇ ਸੀ? ਹਾਂਜੀ। ਤੁਹਾਨੂੰ ਨਹੀਂ ਪਤਾ ਕਿਸੇ ਗੱਲ ਦਾ? ਨਹੀਂ, ਸਾਨੂੰ ਨਹੀਂ ਪਤਾ, ਅਸੀਂ ਤਾਂ ਬਲੂ ਕਹਿ ਨਹੀਂ ਸਕਦੇ ਸੀ, ਅਸੀਂ ਕਹਿੰਦੇ ਆਪਦਾ ਆਗਾ ਪੁੱਛੇ ਤੇ ਮਾੜੀ ਗੱਲ ਕਰਨੇ ਆ ਤੇ ਸਾਡੇ ਨਾਲ ਲੜਨ ਨੂੰ ਪੈਂਦਾ। ਅਸੀਂ ਵੀ ਉਹ ਦਿਨ ਵੀ ਐਵੇਂ ਇਹਨੂੰ ਕਿਹਾ ਵੀ ਤੂੰ ਨਾ ਕਾਕਾ ਇਸ ਦਮਦ ਮੇਰੇ ਕੋਲ ਮਾਫੀ ਮੰਗ ਲੈਂਦਾ, ਮੈਂ ਤਾਂ ਅੱਜ ਗਲਤੀ ਹੋ ਗਈ ਆਗਾ ਨਹੀਂ ਕਰਾਂਗਾ, ਮਹੀਨਾ 2 ਪਾਉਂਦਾ ਸਾਡੇ। ਕੋਈ ਨਸ਼ਾ ਨੁਸ਼ਾ ਵੀ ਕਰਦੇ? ਨਸ਼ਾ ਬਲੂ ਅਨਸ ਅਸੀਂ ਕਦੇ ਰਾਖੀ ਕੀਤੀ ਹੋਈ। ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਤਾਂ 12 ਰੋਡ ਤੇ ਆਗਾ। ਅੱਛਾ, 12। ਹਾਂਜੀ। ਤੇ ਤੁਸੀਂ ਮਤਲਬ ਕਿ ਇੱਕ ਕੰਮ ਕੀ ਕਰਦੇ ਹੋ? ਲੋਕਾਂ ਦਾ ਕਰਾਂ ਚੇਕ, ਪੋਚੇ ਪੁੱਛੇ ਲਾਈ ਦਾ, ਸਾਫ਼ ਸਫਾਈ ਦਾ। ਹਾਂਜੀ, ਆ ਸਾਫ਼ ਸਫਾਈ ਕਰੀ। ਮੈਂ ਜੀ 76 ਨੰਬਰ ਦੁਕਾਨ ਤੇ ਰਹਿੰਦਾ ਸੀ, ਉਸ ਤੋਂ ਬਾਅਦ 77 ਨੰਬਰ ਦੁਕਾਨ ਤੇ ਰਹਿੰਦਾ ਸੀ ਤੇ 76 ਨੰਬਰ ਦੇ ਮੁੰਡੇ ਹੈਗੇ ਸੀ, ਉਹ ਵੀ ਵਿਆਰ ਦਾ ਹੈਗਾ ਸੀ ਜੀ,
ਤੇ ਉਹਦੇ ਨਾਲ ਇਹ ਮੁੰਡਾ ਕੰਮ ਤੇ ਜਾਂਦਾ ਸੀ। ਇਹ ਮੁੰਡੇ ਆਉਂਦੇ ਸੀ ਤਾਂ ਅਸੀਂ ਕੁਛ ਨਹੀਂ ਕਵਿਤਾ ਹੁੰਦਾ, ਜਿਵੇਂ ਉਹ ਉਹਦੇ ਨਾਲ ਕੰਮ ਤੇ ਜਾਂਦਾ ਸੀ। ਸਾਡੇ ਵੋਟੀ ਨਾਲ ਕੋਈ ਗੱਲਬਾਤ ਹੁੰਦੀ ਹੋਵੇ ਇਹਦੀ, ਮੈਂ ਵੀ ਕੰਮ ਤੇ ਰਹਿੰਦਾ ਸੀ ਸਾਰਾ ਦਿਹਾੜੀ। ਫਿਰ ਕਿਆ ਹੋਇਆ? ਉਸ ਤੋਂ ਬਾਅਦ ਜੀ 7 ਤਾਰੀਖ ਨੂੰ ਅਸੀਂ ਲਾਦੂਕਾ 'ਚ ਕੰਮ ਕਰਨ ਗਏ ਸੀ। ਉਸ ਤੋਂ ਬਾਅਦ ਜਦੋਂ ਅਸੀਂ ਆਏ ਤਾਂ ਉਹ ਮੁੰਡੇ ਨਾਲ ਮੇਰੀ ਵੋਟੀ ਫਰਾਰ ਹੈਗੀ ਸੀ। ਕੌਣ ਹੈ ਮੁੰਡਾ ਜਿਹਦੇ ਨਾਲ ਫਰਾਰ ਹੋਈ? ਉਹ ਮੁੰਡਾ ਟੋਹਾਨੇ ਦਾ ਹੈਗਾ ਸੀ ਜੀ, ਉਹ ਉਹਦਾ ਘਰ ਲੁਧਿਆਣਾ ਹੈਗਾ, ਟੋਹਾਨੇ 'ਚ ਘਰ ਜਵਾਈ ਬਣਿਆ ਸੀ। ਅਤੇ ਉਹਦੀ ਵੋਟੀ ਵੀ ਦੱਸੀ ਜਾਂਦੀ ਕਿ ਸਾਡੇ ਨਾਲ ਪਹਿਲਾਂ ਤੋਂ 4 ਵਿਆਹ ਕੀਤਾ ਨੇ ਅਤੇ 5ਵੇਂ ਮੇਰੀ ਨਾਲ ਕੋਰਟ ਮੈਰਿਜ ਹੋਈ ਹੈ। ਉਸ ਤੋਂ ਬਾਅਦ ਹੀ ਸਾਨੂੰ ਛੱਡ ਕੇ ਚਲੀ ਗਈ, ਸਾਡੇ ਘਰੇ ਰੌਲਾ ਪਾ ਕੇ ਮੁੰਡਾ ਨਿਕਲ ਗਿਆ। 4 ਉਹਦੇ ਪਹਿਲਾਂ ਵਿਆਹ ਹੋਏ ਆ, 5ਵੀਂ ਕੋਰਟ ਮੈਰਿਜ, ਕੋਰਟ ਮੈਰਿਜ ਹੈ, 6ਵੀਂ ਉਹਨਾਂ ਦੇ ਘਰ ਵਾਲੀ ਨੂੰ, 6ਵੀਂ ਸਾਡੀ ਲੈ ਗਏ, ਸਾਡੀ ਘਰ ਵਾਲੀ। ਕਿੰਨੇ ਬੱਚੇ ਆ? ਬੱਚੇ ਜੀ 3 ਹੈਗੇ ਨੇ ਅਤੇ 2 ਮੁੰਡੇ ਇੱਕ ਕੁੜੀ ਹੈਗੀ ਹੈ ਜੀ। ਹਾਂ, ਨਾਲ ਕਿੰਨੇ ਲੈ ਗਈ? ਨਾਲ 2 ਲੈ ਗਏ ਨੇ, ਇੱਕ ਮੁੰਡਾ ਕੁੜੀ ਅਤੇ ਇੱਕ ਮੁੰਡੇ ਸਾਡੇ ਕੋਲ ਹੈਗੇ ਜੀ। ਅੱਛਾ, ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਅਸੀਂ ਹੈਗੇ ਇੱਥੇ ਲੋਕਲ ਲੱਲਾ ਬਸਤੀ ਰਹਿ ਜੀ ਦਾ ਹੁੰਦਾ, ਮੰਡੀ 'ਚ ਹੀ ਹੈਗੇ ਸੀ ਨਾ, ਦਾਣਾ ਮੰਡੀ ਲੱਲਾ ਬਸਤੀ ਨਾਲ ਹੀ ਹੈਗੇ। ਪਿੱਛੋਂ ਕਿੱਥੋਂ ਦੇ ਰਹਿਣ ਵਾਲੇ? ਪਿੱਛੋਂ ਅਸੀਂ ਹੈਗੇ ਆ ਲਖੀਸਰਾ ਜ਼ਿਲ੍ਹਾ। ਲਖੀਸਰਾ ਬਿਹਾਰ? ਬਿਹਾਰ ਦੇ। ਅੱਛਾ, ਹੁਣ ਤੁਸੀਂ ਕੋਈ ਸ਼ਿਕਾਇਤ ਦਿੱਤੀ ਇਹਦੀ? ਇਹ ਮੈਂ ਥਾਣੇ 'ਚ ਪਰਚਾ ਕਰਾਇਆ ਸੀ ਜੀ ਅਤੇ ਲੋਕੇਸ਼ਨ 'ਚ ਵੀ ਨੰਬਰ ਪਵਾਇਆ ਸੀ ਜੀ ਅਤੇ ਲੋਕੇਸ਼ਨ 'ਚ ਫੋਨ ਹੀ ਨਹੀਂ ਆਨ ਹੁੰਦਾ ਪਿਆ, ਤਾਂ ਫਿਰ ਸਾਨੂੰ ਕਿਵੇਂ ਪਤਾ ਲੱਗੇ? ਪੁਲਿਸ ਵਾਲੇ ਕਹਿੰਦੇ ਸੀ ਇੱਕ ਵਾਰੀ ਟਰੈਕਟਰ 'ਚ ਨੰਬਰ ਆਇਆ ਸੀ, ਅਸੀਂ ਮਗਰੋਂ ਗਏ ਤਾਂ ਉਹਨਾਂ ਮੋਟਰਸਾਈਕਲ 'ਤੇ ਨਿੱਕੀ ਜਿਹੀ ਗਲੀ 'ਚ ਅੱਗੋਂ ਫਰਾਰ ਹੋ ਗਏ ਨੇ ਅਤੇ ਸਾਨੂੰ ਜਾਣਾ ਸਮਰਥਨ ਨਹੀਂ ਹੋਇਆ ਸੀ ਉਹਨਾਂ ਦਾ ਨਾ, ਫਿਰ ਉਹ ਗਏ ਹੀ ਨਹੀਂ। ਹੁਣ ਕੀ ਮੰਗ ਕੀ ਕਰਦੇ ਹੋ? ਮੰਗ ਹੈਗੀ ਕਿ ਜਿਵੇਂ ਸਾਡੇ ਜਵਾਕ ਤੋਂ ਚਾਹੀਦੇ ਨੇ ਵੋਟੀ, ਜਿਵੇਂ ਸਹੀ ਹੋਵੇ ਤਾਂ ਅਸੀਂ ਰੱਖਾਂਗੇ, ਨਹੀਂ ਤਾਂ ਅਸੀਂ ਵੋਟੀ ਨੂੰ ਜਵਾਬ ਦੇ ਦੇਵਾਂਗੇ। ਜਵਾਕ ਚਾਹੀਦੇ? ਜਵਾਕ ਸਾਨੂੰ ਚਾਹੀਦੇ ਬਸ। ਤੁਹਾਡੇ ਕੋਲ ਕੋਈ ਫੋਟੋ ਹੈਗੀ ਹੈ? ਹੈਗੀ ਹੈਗੀ ਉਸ ਬੰਦੇ ਦੀ ਜਾਂ ਵੋਟੀ ਦੀ? ਹੈਗੀ ਹੈ ਫੋਟੋ, ਹੈਗੀ ਹੈ ਅਤੇ ਬੁੜੀ ਦੀ ਹੋਈ ਤਾਂ ਮੁੰਡੇ ਦੀ ਵੀ ਹੈਗੀ। ਅੱਛਾ, ਉਹਨਾਂ ਦੇ ਵੋਟੀ ਦੀ ਵੀ ਸਾਨੂੰ ਫੋਟੋ ਹੈਗੀ ਹੈ। ਉਹ ਨਾ ਜਿਹਦੇ ਸਾਨੂੰ ਜਿਹਦੇ ਕੋਲ ਅਸੀਂ ਪਰਚਾ ਕਰਾਇਆ ਸੀ ਉਹ ਕੋਰਟ 'ਚ ਗਏ ਨੇ, ਜੇ ਆ ਜਾਂਦੇ ਤਾਂ ਫਿਰ ਟੈਸਟ ਚੈੱਕ ਕਰਦੇ ਨੇ, ਸਾਨੂੰ ਦੱਸਣਗੇ। ਕੀ ਨਾਂ ਤੁਹਾਡਾ? ਵਿਕਰਮ। ਕੀ ਮਸਲਾ ਹੋ? ਮਸਲਾ ਇਹ ਹੈ ਜੀ, ਮਤਲਬ ਮੇਰਾ ਜੀਜਾ, ਠੀਕ ਹੈ, ਇਹਦੇ ਘਰ ਦੀ ਭੱਜੀ ਹੈ, ਇਹਦੇ ਘਰ ਦੀ ਭੱਜੀ ਹੈ, ਤਾਂ ਮੈਂ ਤਾਂ ਇਹੀ ਕਹੂੰਗਾ, ਹੁਣ ਤਾਂ ਇਹ ਮਤਲਬ ਜਵਾਕ ਨਾ ਹੁੰਦਾ ਤਾਂ ਮਤਲਬ ਇਹ ਚਲਾ ਜਾਣਾ ਸੀ, ਪਰ ਇਹਦਾ ਜਵਾਕ ਸਭ ਤੋਂ ਵੱਡਾ ਤਾਂ ਇਹ ਫਿਕਰ, ਉਹ ਮੁੰਡਾ ਚਿੱਟਾ ਲਾਉਂਦਾ ਹੈ, ਚਿੱਟਾ ਕਰਕੇ ਪਤਾ ਨਹੀਂ ਕੀ ਵੀ ਕੁਛ ਕਰ ਸਕਦਾ, ਵੇਚ ਸਕਦਾ, ਕੁਛ ਵੀ ਕਰ ਸਕਦਾ। ਮੈਂ ਮੁਲਾਜ਼ਮ ਸਾਹਿਬ ਨੂੰ ਕਿਹਾ ਸਵੇਰੇ, ਮੈਂ ਕਿਹਾ ਤੁਸੀਂ ਲੱਭ ਦਿਓ, ਅਤੇ ਉਹ ਕਹਿੰਦੇ ਰਹੇ, ਅਸੀਂ ਲੱਭਦੇ ਪਏ ਹਾਂ, ਔਰ ਬਸ ਇਹੀ ਕੁਝ ਕਹਿੰਦੇ ਭਾਅ ਜੀ, ਲੱਭ ਦੇਣਾ ਜਲਦ ਤੋਂ ਜਲਦ। ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਾ ਕੁਛ ਕੀ ਗੱਲ ਹੈ, ਕੀ ਬਾਤ ਹੈ, ਕੋਈ ਫੋਨ ਫੂਨ 'ਤੇ ਗੱਲ ਕਰਦੀ ਸੀ ਪਹਿਲਾਂ, ਕੀ ਕੁਛ ਹੈਗਾ ਸੀ? ਉਹ ਜਿੱਦਾਂ ਇਸ ਤਰ੍ਹਾਂ ਅਸੀਂ ਤਾਂ ਕੰਮ 'ਤੇ ਜਾਂਦੇ, ਸਾਨੂੰ ਪਤਾ ਹੀ ਨਾ, ਅਸੀਂ ਤਾਂ ਕੰਮ 'ਤੇ ਹੁੰਦੇ ਸਾਰਾ ਦਿਹਾੜੀ। ਅਤੇ ਮੇਰੀ ਮੰਮੀ ਨੇ ਸਾਨੂੰ ਫੋਨ ਦਿੱਤੇ ਨੇ ਲਿਖ ਕੇ, ਤਾਂ ਸੀਮਾ ਤੋਂ ਮੇਰੀ ਵੋਟੀ ਦੇ ਨਾਮ 'ਤੇ ਉਹਨਾਂ ਦੇ ਸਿਮ ਹੈਗੇ ਸੀ, ਤਾਂ ਫਿਰ ਮੈਂ ਉਹਨਾਂ ਨੂੰ ਆਪਣੀ ਸਾਸ ਨੂੰ ਨਾ ਪੁੱਛਣ ਅਸੀਂ ਗਏ ਜੀ। ਅੱਛਾ, ਤੂੰ ਪੁੱਛਿਆ ਨਹੀਂ? ਪੁੱਛਿਆ ਨਹੀਂ, ਜਿਵੇਂ ਉਹਦੇ ਸਾਸ ਜਿੰਦੇ ਉਹਨੇ ਮਾਂ ਫੋਨ ਦੇਵੇ ਤਾਂ ਸਾਨੂੰ ਮੈਂ ਰਿਸ਼ਤੇਦਾਰ, ਮੈਂ ਉਹਨਾਂ ਨੂੰ ਕਿਉਂ ਪੁੱਛਾਂ? ਚੱਲ ਮਾਂ ਤੋਂ ਨਹੀਂ ਦਿੱਤੀ ਤਾਂ ਮੈਂ ਨਾ ਹੀ ਪੁੱਛਾਂ। ਮੰਨ ਲਓ ਕਿ ਸੱਸ ਨੇ ਤਾਂ ਦਿੱਤਾ, ਤਾਂ ਇਹਨਾਂ ਨੇ ਦੁਬਾਰਾ ਜ਼ਿਕਰ ਨਹੀਂ ਕੀਤਾ, ਚਲੋ ਠੀਕ ਹੈ ਸੱਸ ਨੇ ਦਿੱਤਾ ਉਹਨਾਂ ਫੋਨ, ਤਾਂ ਕਰਕੇ ਇਹਨਾਂ ਨੇ ਦੁਬਾਰਾ ਪੁੱਛਿਆ ਨਹੀਂ, ਕਿਉਂਕਿ ਇਹਨਾਂ ਨੇ ਦਿੱਤਾ ਹੀ ਨਹੀਂ ਸੀ ਫੋਨ। ਇਹਨਾਂ ਨੇ ਸੋਚਿਆ ਚਲੋ ਕੁੜੀ ਹੈ ਮੇਰੀ, ਦੇ ਦੇਣਾ, ਮੰਨ ਲਓ ਕੋਈ ਰੋਟੀ ਰੋਟੀ ਵਾਸਤੇ ਕੰਮ ਕੁੰਮ ਜਾਂਦੇ, ਪੁੱਛ ਲਿਆ ਕਿ ਕਿਵੇਂ ਕਿੱਥੇ ਰਹਿ ਗਿਆ, ਕਈ ਵਾਰ ਆਪਾਂ ਨੂੰ ਕੰਮ ਜਾਂਦੇ ਦੇਰ ਵੀ ਹੋ ਜਾਂਦਾ, ਉਹਨਾਂ ਨੂੰ ਫੋਨ ਦਿੱਤਾ। ਜਦ ਤੱਕ ਸਪੈਸ਼ਲ ਨਾ ਲੋਡ ਹੋ ਗਏ, ਖਿਲਾੜੇ 'ਚ ਅਸੀਂ ਜਾਂਦੇ ਸੀ, ਕ੍ਰੀਏਟ ਚੱਕਣ, ਪੀਪਾ ਚਲਾਉਣਾ, ਗੱਟੇ ਭਰਨਾ, ਇਹੋ ਜਿਹੇ ਕੰਮ ਸੀ ਸਾਡਾ।
ਕਦੇ ਲਾਦੁਕਾ ਕਦੇ ਗੁਰੂ ਸਰ ਕਦੇ ਗੁਮਾਨੀ ਵਾਲਾ ਕਦੇ ਮੰਨੇ ਵਾਲਾ ਚਾਵਲ ਕਣਕ ਤੇ ਸਾਰੇ ਸਿਲਸਿਲਾ ਤੁਸੀਂ ਜਾਂਦੇ ਸੀ ਹਾਂਜੀ ਤੇ ਸੇਲਰ ਚ ਵੀ ਸੀਜ਼ਨ ਸੀਜ਼ਨ ਕੰਮ ਕਰੀਦਾ ਹੁੰਦਾ ਜਿਵੇਂ ਕਿ ਅਸੀਂ ਇੰਡਸਟਰੀ ਕਿੰਨੇ ਸਾਲਾਂ ਤੋਂ ਇੱਥੇ ਆਏ ਹੋ ਪੰਜਾਬ ਅਸੀਂ ਹੈਗੇ ਸੀ 5-6 ਸਾਲ ਜਿਹੜੇ ਮੈਂ ਮੇਰਾ ਜਨਮ ਵੀ ਪੰਜਾਬ ਚ ਹੋਇਆ ਇੱਥੇ ਮੇਰਾ ਰਹਿਣ ਵਾਸ ਮੇਰਾ ਡੈਡੀ ਹੋ ਗਏ ਅੱਜ 46 ਸਾਲ ਇੱਥੇ ਇਹਦੀ ਘਰ ਵਾਲੀ ਤੁਹਾਡੀ ਕੀ ਲੱਗਦੀ ਮਤਲਬ ਸਿਸਟਰ ਲੱਗਦੀ ਸੀ ਰਿਸ਼ਤੇਦਾਰ ਸੀ ਮਾਸੀ ਦਾ ਰਿਸ਼ਤੇਦਾਰ ਹੈਗਾ ਅੱਛਾ ਹਾਂਜੀ ਮਾਸੀ ਦਾ ਕੁੜੀ ਸੀ ਮਾਸੀ ਦੀ ਕੁੜੀ ਰਿਸ਼ਤੇਦਾਰੀ ਭੈਣ ਨਹੀਂ ਲੱਗੀ ਹਾਂਜੀ ਭੈਣ ਨਹੀਂ ਲੱਗੀ ਨਾ ਉਹਨੂੰ ਧੱਕੇ ਨਾਲ ਪਜਾਇਆ ਨਾ ਕੋਈ ਗੱਲਬਾਤ ਕਰਾਂਗੇ ਜਿਵੇਂ ਨਾ ਰਹਿਣਾ ਹੋਵੇ ਤਾਂ ਸਾਰੇ ਜਵਾਕ ਦੇ ਦੇਵਨ ਜੇ ਉਹਦੇ ਨਾਲ ਜਾਣ ਦਾ ਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ ਕਰਦੇ ਸਾਡੇ ਕੋਲ ਇੱਕੜੀ ਆਵਣ ਅਸੀਂ ਨਾ ਉਹਨੂੰ ਧੱਕੇ ਨਾਲ ਪਜਾਇਆ ਨ
ਜਿਵੇਂ ਤੁਸੀਂ ਕਹੋਗੇ ਇੱਕ ਵਾਰ ਆ ਜਾਓ। ਮੇਰੇ ਸਾਸ ਵੀ ਕਹਿੰਦੀ ਤੁਹਾਡੀ ਮਰਜ਼ੀ ਹੋਵੇ ਤਾਂ ਰੱਖਿਆ ਜੇ ਨਾ ਤੁਸੀਂ ਆਪਣੇ ਜਵਾਕ ਲੈ ਲਿਆ ਜੇ, ਬਸ ਇੰਨਾ ਸਾਰੇ ਨੇ ਕਹਿੰਦੇ ਪਏ ਨੇ। ਜੇ ਤੁਸੀਂ ਪੁੱਛਣਾ ਚਾਹੁੰਦੇ ਤਾਂ ਪੁੱਛ ਸਕਦੇ, ਆਂਢ ਗੁਆਂਢ ਇਹੀ ਸਲਾਹ ਦਿੰਦੇ ਮੈਨੂੰ।